मैं डॉक्टर अभी महाजन चीफ प्लास्टिक सर्जन अमनदीप ग्रुप ऑफ हॉस्पिटल्स अमृतसर तो तुहानू कुछ जानकारी देना चाहना। वर्ल्ड प्लास्टिक सर्जरी डे हर साल 15 जुलाई नू मनाया जांदा है। इस वारी असी उस तो एक हफ्ता पहले ये डिसाइड किया है कि असी प्लास्टिक सर्जरी बारे लोगों नू पूरा हफ्ता उहदे अलग अलग पहलुओं बारे जानकारी देवांगे। तो अज मैं तुहानू क्लेफ्ट लिप एंड पैलेट जिन्हों की जमांदरू कटे हुए बुल ते तालू बारे जानकारी देना चाहवांगा। जदों कोई बच्चा पैदा हुंदा है ते 700 जे बच्चे पैदा हुंदे है ते उन्हां विच एक बच्चा जिहड़ा है उहदा जमांदरू बुल या तालू कटिया हुंदा है। ਉਹ ਕਈ ਵਾਰੀ ਕਿਸੇ ਬੱਚੇ ਦਾ ਬੁੱਲ ਅਤੇ ਤਾਲੂ ਦੋਨੋਂ ਕੱਟੇ ਹੋ ਸਕਦੇ ਹੈ ਔਰ ਇਹ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਿਹਦਾ ਕਿ ਇਲਾਜ ਪਲਾਸਟਿਕ ਸਰਜਰੀ ਦੇ ਰਾਹੀਂ ਸੰਭਵ ਹੈ। ਸੋ ਅੱਜ ਕੱਲ੍ਹ ਅਲਟਰਾਸਾਊਂਡ ਦੇ ਰਾਹੀਂ ਬਹੁਤ ਵਾਰੀ ਤਾਂ ਬਹੁਤ ਸਾਰੇ ਪੇਰੈਂਟਸ ਨੂੰ ਪਹਿਲੇ ਤੋਂ ਹੀ ਪਤਾ ਚੱਲ ਜਾਂਦਾ ਹੈ। ਜੇ ਤੁਹਾਨੂੰ ਉਦੋਂ ਪਤਾ ਚੱਲੇ ਤਾਂ ਤੁਹਾਨੂੰ ਇਮੀਡੀਏਟਲੀ ਇੱਕ ਕੁਆਲੀਫਾਈਡ ਪਲਾਸਟਿਕ ਸਰਜਨ ਦੇ ਕੋਲ ਜਾਣਾ ਚਾਹੀਦਾ ਔਰ ਉਹਦੇ ਬਾਰੇ ਪੂਰੀ ਜਾਣਕਾਰੀ ਕਿ ਉਹਦਾ ਟ੍ਰੀਟਮੈਂਟ ਕਿਸ ਤਰ੍ਹਾਂ ਚੱਲੇਗਾ ਉਹਦੇ ਬਾਰੇ ਲੈਣੀ ਚਾਹੀਦੀ ਆ ਔਰ ਕੰਪਲੀਟਲੀ ਟ੍ਰੀਟੇਬਲ ਪ੍ਰੋਬਲਮ ਹੈ। ਜੇ ਬੱਚਾ ਜਦੋਂ ਪੈਦਾ ਹੋ ਜਾਂਦਾ ਹੈ ਉਦੋਂ ਵੀ ਬੱਚੇ ਦੇ ਪੈਦਾ ਹੋਣ ਤੋਂ ਬਾਅਦ ਜਿੰਨਾ ਜਲਦੀ ਹੋ ਸਕੇ ਪ੍ਰੈਫਰੇਬਲੀ ਵਿਦ ਇਨ 2 ਵੀਕਸ ਇਹਨੂੰ ਇੱਕ ਪਲਾਸਟਿਕ ਸਰਜਨ ਕੋਲ ਲੈ ਕੇ ਜਾਓ ਅਤੇ ਉਹ ਤੁਹਾਨੂੰ ਪਹਿਲੇ ਤਾਂ ਇਹ ਜਾਣਕਾਰੀ ਦੇਣਗੇ ਕਿ ਬੱਚੇ ਨੂੰ ਜਿਹੜਾ ਵੈ ਉਹ ਦੁੱਧ ਕਿਸ ਤਰ੍ਹਾਂ ਪਿਲਾਉਣਾ ਹੈ ਕਿਉਂਕਿ ਇਹ ਬੱਚੇ ਜਿਹੜੇ ਹੈ ਉਹ ਤਾਲੂ ਕੱਟਿਆ ਹੋਣ ਕਰਕੇ ਜਾਂ ਬੁੱਲ ਕੱਟਿਆ ਹੋਣ ਕਰਕੇ ਆਮ ਬੱਚਿਆਂ ਦੀ ਤਰ੍ਹਾਂ ਦੁੱਧ ਨਹੀਂ ਪੀ ਪਾਉਂਦੇ। ਸੋ ਉਹਦੇ ਬਾਰੇ ਤੁਹਾਨੂੰ ਜਿਹੜੀ ਹੈ ਪੂਰੀ ਜਾਣਕਾਰੀ ਸਾਡੀ ਟੀਮ ਜਿਹੜੀ ਹੈ ਉਹ ਦਿੰਦੀ ਹੈ ਤਾਂ ਕਿ ਇਹ ਬੱਚੇ ਜਿਹੜੇ ਹੈ ਉਹ ਕਮਜ਼ੋਰ ਨਾ ਰਹਿ ਜਾਣ ਔਰ ਫਿਰ ਰੈਗੂਲਰਲੀ ਇਹਨਾਂ ਬੱਚਿਆਂ ਦਾ ਚੈੱਕਅਪ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਦਾ ਵੇਟ ਗੇਨ ਜਿਹੜਾ ਹੈ ਤਾਂ ਕਿ ਉਹ ਕਮਜ਼ੋਰ ਨਾ ਰਹਿ ਜਾਣ ਤਾਂ ਕਿ ਉਹਨਾਂ ਦੀ ਸਰਜਰੀ ਜਿਹੜੀ ਹੈ ਉਹ ਟਾਈਮ ਸਿਰ ਕੀਤੀ ਜਾ ਸਕੇ। ਸੋ ਉਹਦੇ ਵਿੱਚ ਬਹੁਤ ਵਾਰੀ ਅਸੀਂ ਇੱਕ ਥੈਰੇਪੀ ਜਿਹਨੂੰ ਕਿ ਅਸੀਂ ਨੈਮ ਥੈਰੇਪੀ ਕਹਿੰਦੇ ਹਾਂ ਸਾਡੇ ਜਿਹੜੇ ਡੈਂਟਲ ਕੁਲੀਗਸ ਹੈਗੇ ਆ ਜਿਹੜੇ ਦੰਦਾਂ ਦੇ ਡਾਕਟਰ ਜਿਹੜੇ ਸਾਡੇ ਨਾਲ ਐਸੋਸੀਏਟਿਡ ਹੈ ਉਹ ਵੀ ਦਿੰਦੇ ਆ ਜਿਹਦੇ ਨਾਲ ਕਿ ਓਪਰੇਸ਼ਨ ਦੇ ਰਿਜ਼ਲਟਸ ਬੈਟਰ ਹੋ ਜਾਂਦੇ ਆ। ਸੋ ਜਿਹੜਾ ਬੁੱਲ ਦਾ ਓਪਰੇਸ਼ਨ ਹੈ ਉਹ ਆਮ ਤੌਰ 'ਤੇ 3 ਤੋਂ 6 ਮਹੀਨੇ ਦੇ ਦੌਰਾਨ ਕੀਤਾ ਜਾਂਦਾ ਹੈ ਲੇਕਿਨ ਉਹਦੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਬੱਚਾ ਜਿਹੜਾ ਹੈ ਉਹਦਾ ਹੀਮੋਗਲੋਬਿਨ ਜਿਹੜਾ ਹੈ ਉਹ 10 ਗ੍ਰਾਮ ਤੋਂ ਉੱਪਰ ਹੋਣਾ ਚਾਹੀਦਾ ਹੈ। ਬੱਚਾ ਪੂਰਾ ਤੰਦਰੁਸਤ ਹੋਣਾ ਚਾਹੀਦਾ ਹੈ ਉਹਦਾ ਵੇਟ ਜਿਹੜਾ ਹੈ ਉਹਦੀ ਏਜ ਦੇ ਹਿਸਾਬ ਨਾਲ ਠੀਕ ਹੋਣਾ ਚਾਹੀਦਾ ਹੈ। ਸੋ ਉਹਦੇ ਵਾਸਤੇ ਰੈਗੂਲਰਲੀ ਤੁਹਾਨੂੰ ਜਿਹੜਾ ਵੈ ਜਿਹੜੀ ਸਾਡੀ ਟੀਮ ਹੈ ਜਿਹਦੇ ਵਿੱਚ ਕਿ ਬੱਚਿਆਂ ਦੇ ਡਾਕਟਰ ਹੁੰਦੇ ਹੈ ਡਾਇਟੀਸ਼ੀਅਨ ਹੁੰਦੀ ਹੈ ਦੰਦਾਂ ਦੇ ਡਾਕਟਰਸ ਹੁੰਦੇ ਹੈ ਸੋ ਉਹਨਾਂ ਸਾਰਿਆਂ ਦੇ ਨਾਲ ਤੁਹਾਨੂੰ ਮਿਲਾਇਆ ਜਾਂਦਾ ਹੈ ਔਰ ਸਾਰੇ ਟ੍ਰੀਟਮੈਂਟ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਸਾਡੇ ਜਿਹੜੇ ਪੀਡੀਆਟ੍ਰੀਸ਼ੀਅਨ ਤੇ ਨਿਊਟ੍ਰੀਸ਼ਨਿਸਟ ਇਸ ਗੱਲ ਦਾ ਵੀ ਧਿਆਨ ਰੱਖਦੇ ਹੈ ਕਿ ਬੱਚਾ ਜਿਹੜਾ ਹੈ ਉਹ ਕਮਜ਼ੋਰ ਨਾ ਰਹਿ ਜਾਏ ਤਾਂ ਕਿ ਉਹਦਾ ਟਾਈਮ ਸਿਰ ਓਪਰੇਸ਼ਨ ਹੋ ਸਕੇ। ਸੋ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਬੱਚਾ ਜਿਹੜਾ ਹੈ ਉਹ ਕਿਤੇ ਵੀ ਪੈਦਾ ਹੁੰਦਾ ਹੈ ਤੇ ਉਹਨਾਂ ਨੂੰ ਜ਼ਰੂਰ ਇਹ ਜਾਣਕਾਰੀ ਦਿਓ ਵੀ ਉਹ ਜਿੰਨੀ ਜਲਦੀ ਹੋ ਸਕੇ ਕੁਆਲੀਫਾਈਡ ਪਲਾਸਟਿਕ ਸਰਜਨ ਦੇ ਕੋਲ ਜਾਣ ਔਰ ਉਹਦੇ ਬਾਰੇ ਇਲਾਜ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਔਰ ਆਪਣੇ ਬੱਚੇ ਦਾ ਰੈਗੂਲਰ ਚੈੱਕਅਪ ਕਰਾਉਣ ਔਰ ਜਦੋਂ ਉਹਨਾਂ ਨੂੰ ਸਰਜਰੀ ਸੁਜੈਸਟ ਕੀਤੀ ਜਾਏ। ਇਹਦੇ ਇਲਾਵਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਮਨਦੀਪ ਹੋਸਪਿਟਲ ਦੇ ਵਿੱਚ ਅਮਰੀਕਾ ਦੀ ਚੈਰੀਟੇਬਲ ਸੰਸਥਾ ਦੀ ਮਦਦ ਦੇ ਨਾਲ ਜਿਹਨੂੰ ਕਿ ਸਮਾਈਲ ਟ੍ਰੇਨ ਕਿਹਾ ਜਾਂਦਾ ਹੈ ਮਦਦ ਦੇ ਨਾਲ ਅਸੀਂ ਇਹ ਓਪਰੇਸ਼ਨ ਜਿਹੜੇ ਹੈ ਇਹ ਟੋਟਲੀ ਫ੍ਰੀ ਕਰ ਰਹੇ ਹਾਂ ਪਿਛਲੇ 20 ਸਾਲਾਂ ਤੋਂ 2004 ਤੋਂ ਔਰ ਅਸੀਂ 8,000 ਸਰਜਰੀਜ਼ ਜਿਹੜੀਆਂ ਹੈ ਉਹ ਇਹਦੇ ਵਿੱਚ ਸਮਾਈਲ ਟ੍ਰੇਨ ਸੰਸਥਾ ਦੀ ਮਦਦ ਦੇ ਨਾਲ ਟੋਟਲੀ ਫ੍ਰੀ ਕਰ ਚੁੱਕੇ ਹਾਂ। ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਇਹ ਸਾਰਾ ਹਫ਼ਤਾ ਅਸੀਂ 8 ਤਰੀਕ ਤੋਂ ਲੈ ਕੇ ਔਰ 14 ਤਰੀਕ ਤੱਕ ਜਿਹੜੇ ਪਲਾਸਟਿਕ ਸਰਜਰੀ ਦੇ ਸਾਡੇ ਨਵੇਂ ਮਰੀਜ਼ ਹੋਣਗੇ ਉਹ ਭਾਵੇਂ ਕਲਿਪ ਐਂਡ ਪੈਲਟ ਦੇ ਹੋਣ ਜਾਂ ਕਿਸੇ ਵੀ
ਹੋਰ ਵੀ ਸਰਜਰੀ ਨਾਲ ਰਿਲੇਟਡ ਪ੍ਰੋਬਲਮਸ ਦੇ ਹੋਣ, ਉਹਨਾਂ ਨੂੰ ਅਸੀਂ ਫ੍ਰੀ ਕੰਸਲਟੇਸ਼ਨ ਜਿਹੜੀ ਆ ਪ੍ਰੋਵਾਈਡ ਕਰਾਂਗੇ। ਔਰ ਜਿਹੜੇ ਕੁਛ ਮਰੀਜ਼ ਗਰੀਬ ਪਰਿਵਾਰ ਤੋਂ ਆਉਂਦੇ ਆ, ਉਹਨਾਂ ਦੇ ਕੁਛ ਮਰੀਜ਼ਾਂ ਦੇ ਫ੍ਰੀ ਆਪਰੇਸ਼ਨ ਵੀ ਕੀਤੇ ਜਾਣਗੇ ਔਰ ਕੁਛ ਮਰੀਜ਼ਾਂ ਨੂੰ ਜਿਹੜਾ ਵਾ ਉਹ ਸਬਸਿਡਾਈਜ਼ਡ ਆਪਰੇਸ਼ਨ ਵੀ ਕੀਤੇ ਜਾਣਗੇ। ਥੈਂਕ ਯੂ।